ਇਸ ਸਾਲ ਸਮਾਰਟ ਸਰਕਟ ਇਨੋਵੇਸ਼ਨ ਲਿਮਿਟਡ ਵੱਲੋਂ ਕਰਵਾਏ ਗਏ ਇੰਟਰਨੈਸ਼ਨਲ ਐਜੂਕੇਸ਼ਨ ਸਿਮੋਪੋਜ਼ੀਅਮ ਐਂਡ ਅਵਾਰਡ 2019 ਜੋ ਕਿ ਚੰਡੀਗੜ੍ਹ ਦੇ ਨੇੜੇ ਜੀਰਕਪੁਰ ਦੇ ਹੋਟਲ ਪਾਰਕ ਪਲਾਜ਼ਾ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ੍ਰੀਮਤੀ ਸੁਖਬੀਰ ਕੌਰ ETT ਅਧਿਆਪਕਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਰਦੋ ਬਤਵਾਲਾ ਬਲਾਕ ਗੁਰਦਾਸਪੁਰ 2 ਨੂੰ ਇਨੋਵੇਟਿਵ ਟੀਚਰ ਆਫ਼ ਦਾ ਈਅਰ 2019 ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਅਧਿਆਪਕਾ ਸੁਖਬੀਰ ਕੌਰ ਨੂੰ ਅਧਿਆਪਨ ਦੇ ਕਿੱਤੇ ਦੇ ਨਾਲ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ, ਸਕੂਲ ਨੂੰ ਸੈਲਫ ਮੇਡ ਸਮਾਰਟ ਬਣਾਉਣ, ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ, ਆਪਣੀ ਲਿਖਤ ਪ੍ਰੇਰਣਾ ਦਾਇਕ ਭਾਸ਼ਣ ਅਤੇ ਵਾਰਤਾਲਾਪ ਸਮਾਜ ਸੇਵਾ ਦੇ ਕੰਮਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਦੇਣ ਲਈ ਨਾਸਾ ਦੇ ਸਟੈਮ ਸੈੱਲ ਇਨੋਵੇਸ਼ਨ ਵਿਭਾਗ ਦੇ ਪ੍ਰਮੁੱਖ ਮਿਸਟਰ ਟ੍ਰੋਇ ਡੀ ਕਲਾਈਨ ਤੇ ਭਾਰਤੀ ਪੁਲਾੜ ਦੇ ਪਦਮ ਸ੍ਰੀ ਡਾਕਟਰ ਵੀ ਆਦਿ ਮੂਰਤੀ ਦੁਆਰਾ ਪ੍ਰਦਾਨ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਰਦੋ ਬਤਵਾਲਾ ਬਲਾਕ ਗੁਰਦਾਸਪੁਰ 2 ਦੀ ਅਧਿਆਪਕਾ ਸੁਖਬੀਰ ਕੌਰ ਦੇ ਯਤਨਾਂ ਦੇ ਨਾਲ ਨਾਲ NRI ਸਰਦਾਰ ਹਰਦਿਆਲ ਸਿੰਘ ਚੋਹਲ ਹੁਣਾਂ ਦੇ ਯਤਨਾਂ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਬਤਵਾਲਾ ਨੂੰ ਸਮਾਰਟ ਬਣਾਇਆ ਗਿਆ, ਜਿੱਥੇ ਵਿਦਿਆਰਥੀ ਈ ਕੰਟੈਂਟ ਦੇ ਰਾਹੀਂ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਇਸ ਸਕੂਲ ਦੇ ਵਿੱਚ ਔਰਗੈਨਿਕ ਕਿਚਨ ਗਾਰਡਨ ਬਣਾਇਆ ਗਿਆ, ਜਿਸ ਦੇ ਵਿੱਚ ਹਰੀਆਂ ਸਬਜ਼ੀਆਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਹਨ। ਬੱਚਿਆਂ ਦੇ ਪੋਸ਼ਣ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸਕੂਲ ਦੀ ਰੰਗ ਬਿਰੰਗੀਆਂ ਦੀਵਾਰਾਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਨੇ। ਸਕੂਲ ਸਮੇਂ ਤੋਂ ਬਾਅਦ ਦੀ ਮਿਹਨਤ ਰੰਗ ਲੈ ਕੇ ਆਈ ਹੈ। ਅਧਿਆਪਕ ਸੁਖਬੀਰ ਕੌਰ ਸਕੂਲ ਸਮੇਂ ਤੋਂ ਬਾਅਦ ਵੀ ਸਕੂਲ ਨੂੰ ਸਮਾਂ ਦਿੰਦੇ ਹਨ ਅਤੇ ਉਹਨਾਂ ਨੇ ਦੱਸਿਆ ਕਿ ਇਹ ਸਾਰੇ ਕੰਮਾਂ ਦੇ ਵਿੱਚ ਉਹਨਾਂ ਨੂੰ ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਵਿਨੋਦ ਮੰਤਰੀ ਜੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਬਲਬੀਰ ਸਿੰਘ ਜੀ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਬੋਧਰਾਜ ਜੀ ਤੋਂ ਇਲਾਵਾ ਸਮੂਹ ਸਟਾਫ, ਪਿੰਡ ਦੇ ਪਤਵੰਤੇ ਸੱਜਣਾਂ ਤੇ ਖਾਸ ਕਰਕੇ NRI ਸਰਦਾਰ ਹਰਦਿਆਲ ਸਿੰਘ ਚੋਹਲ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਸਹਿਯੋਗ ਸਦਕਾ ਹੀ ਅੱਜ ਆਪਣੇ ਸਕੂਲ ਨੂੰ ਸੈਲਫ ਮੇਡ ਸਮਾਰਟ ਬਣਾ ਸਕੇ ਹਨ। ਸੰਨ 2009 ਦੇ ਵਿੱਚ ਮੈਂ ਬਤੌਰ ਸਰਕਾਰੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਜੋਗੋਵਾਲ ਬੇਦੀਆਂ ਕਲਾਨੌਰ ਬਲਾਕ ਦੇ ਵਿੱਚ ਜੋ ਹੈ ਆਪਣੀ ਸਰਕਾਰੀ ਨੌਕਰੀ ਜੁਆਇਨ ਕੀਤੀ ਔਰ ਵੱਖ ਵੱਖ ਸਕੂਲਾਂ ਦਾ ਸਫ਼ਰ ਤੈਅ ਕਰਦੇ ਹੋਏ ਫਿਰ ਮੈਂ ਗੁਰਦਾਸਪੁਰ ਬਲਾਕ ਦੇ ਵਿੱਚ ਮੱਟਮ ਅਬਲ ਖੈਰ ਐਂਡ ਇਸ ਸਮੇਂ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਬਤਵਾਲਾ ਦੇ ਵਿੱਚ ਆਪਣੀ ਜਿਹੜੀ ਉਹ ਸੇਵਾ ਨਿਭਾ ਰਹੀ ਹਾਂ। ਔਰ ਜਿਸ ਦਿਨ ਮੈਂ ਪਹਿਲੇ ਦਿਨ ਸਰਕਾਰੀ ਨੌਕਰੀ ਜੁਆਇਨ ਕੀਤੀ ਸੀ ਉਸ ਤੋਂ ਪਹਿਲਾਂ ਮੇਰਾ 8 ਸਾਲ ਪ੍ਰਾਈਵੇਟ ਸਕੂਲ ਦੇ ਵਿੱਚ ਕੰਮ ਕਰਨ ਦਾ ਤਜ਼ਰਬਾ ਸੀਗਾ ਔਰ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਪ੍ਰਾਈਵੇਟ ਸਕੂਲ ਤੋਂ ਇੱਕਦਮ ਸਰਕਾਰੀ ਸਕੂਲ ਦੇ ਵੱਲ ਟਰਨ ਆਊਟ ਹੋਣਾ ਔਰ ਉੱਥੋਂ ਦੇ ਮਾਹੌਲ ਦੇ ਵਿੱਚ ਔਰ ਪ੍ਰਾਈਵੇਟ ਸਕੂਲ ਦੇ ਮਾਹੌਲ ਦੇ ਵਿੱਚ ਕਿੰਨਾ ਫਰਕ ਹੁੰਦਾ। ਸੋ ਮੈਂ ਮਹਿਸੂਸ ਕੀਤਾ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਕੋਲ ਬੱਚੇ ਆਉਂਦੇ ਨੇ ਉਹਨਾਂ ਦੇ ਕੋਲ ਸਾਧਨ ਘੱਟ ਹੁੰਦੇ ਨੇ, ਰਿਸੋਰਸਿਸ ਘੱਟ ਹੁੰਦੇ ਨੇ, ਸੁੱਖ ਸਹੂਲਤਾਂ ਘੱਟ ਹੁੰਦੀਆਂ ਨੇ ਔਰ ਜਿਹੜੇ ਘਰਾਂ ਤੋਂ ਬੱਚੇ ਆਉਂਦੇ ਨੇ ਉਹਨਾਂ ਦੇ ਘਰਾਂ ਦਾ ਮਾਹੌਲ ਵੀ ਟੋਟਲੀ ਡਿਫਰੈਂਟ ਹੁੰਦਾ ਬਾਕੀ ਲੋਕਾਂ ਦੇ ਘਰਾਂ ਦੇ ਨਾਲੋਂ। ਸੋ ਜਦੋਂ ਮੈਂ ਇਹ ਗੱਲ ਮਹਿਸੂਸ ਕੀਤੀ ਤਾਂ ਮੈਨੂੰ ਲੱਗਿਆ ਕਿ ਇਹ ਜਿਹੜੇ ਬੱਚੇ ਨੇ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ, ਇਹਨਾਂ ਬੱਚਿਆਂ ਨੂੰ ਕਿਸੇ ਨਾ ਕਿਸੇ ਮੁਕਾਮ 'ਤੇ ਜ਼ਰੂਰ ਪਹੁੰਚਾਉਣਾ ਚਾਹੀਦਾ। ਔਰ ਫਿਰ ਅਸੀਂ ਛੋਟੇ ਛੋਟੇ ਐਫਰਟਸ ਕਰਨੇ ਸਕੂਲ ਦੇ ਵਿੱਚ ਸ਼ੁਰੂ ਕੀਤੇ। ਮੈਨੂੰ ਯਾਦ ਹੈ ਕਿ ਮੇਰੇ ਨਾਲ ਹੀ ਜਿਹੜੇ ਮੇਰੇ ਸਟਾਫ ਮੈਂਬਰ ਸੀ ਸ਼੍ਰੀ ਰਾਜਿੰਦਰ ਕੁਮਾਰ ਜੀ, ਉਹ ਪਠਾਨਕੋਟ ਡਿਸਟ੍ਰਿਕਟ ਤੋਂ ਸੀਗੇ ਔਰ ਸਾਡੀ ਸੇਮ ਡੇ ਜੁਆਇਨਿੰਗ ਸੀਗੀ ਦੋਨਾਂ ਦੀ। ਅਸੀਂ ਦੋਨਾਂ ਨੇ ਪੂਰੀ ਤਨਦੇਹੀ ਦੇ ਨਾਲ ਉਸ ਸਕੂਲ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਬੱਚਿਆਂ ਦੇ ਪੜ੍ਹਾਈ ਦੇ ਲੈਵਲ ਤੋਂ ਅਸੀਂ ਸਟਾਰਟ ਕੀਤਾ ਔਰ ਅਸੀਂ ਉਸ ਦੇ ਜਿਹੜੇ ਨਤੀਜੇ ਸੀਗੇ ਉਹ ਬਹੁਤ ਜਲਦੀ ਸਾਨੂੰ ਜਿਹੜੇ ਮਿਲਣੇ ਸ਼ੁਰੂ ਹੋ ਗਏ। ਜਿਸ ਤਰ੍ਹਾਂ ਅਸੀਂ ਬੱਚਿਆਂ ਦੇ ਲਈ ਛੋਟੇ ਛੋਟੇ ਐਫਰਟਸ ਕਰਨੇ ਸ਼ੁਰੂ ਕਰ ਦਿੱਤੇ, ਲਾਈਕ ਅਗਰ ਕਿਸੇ ਬੱਚੇ ਕੋਲ ਪੈਨਸਲਾਂ ਨਹੀਂ ਆ ਅਸੀਂ ਉਹਨਾਂ ਨੂੰ ਪੈਨਸਿਲਸ ਦੇ ਦੇਣੀਆਂ, ਕਾਪੀਜ਼ ਦੇ ਦੇਣੀਆਂ, ਕਿਸੇ ਕੋਲ ਕਿਤਾਬਾਂ ਨਹੀਂ ਆ ਜਾਂ ਕੁਛ ਕਿਸੇ ਵੀ ਤਰ੍ਹਾਂ ਦੀ ਸਹੂਲਤ ਸੀਗੀ। ਕਈ ਵਾਰੀ ਸਾਨੂੰ ਕੰਪਲੇਂਟ ਆਉਣੀ, ਮੈਡਮ ਇਹਨਾਂ ਕੋਲ ਯੂਨੀਫਾਰਮ ਨਹੀਂ ਆ, ਸ਼ੂਜ਼ ਨਹੀਂ ਆ, ਛੋਟੇ ਛੋਟੇ ਐਫਰਟਸ ਤੋਂ ਅਸੀਂ ਜਿਹੜਾ ਉਹ ਆਪਣਾ ਕੰਮ ਸਟਾਰਟ ਕੀਤਾ ਔਰ ਸਾਨੂੰ ਨਤੀਜੇ ਮਿਲਣੇ ਸ਼ੁਰੂ ਹੋਏ।
ਔਰ ਜਦੋਂ ਤੁਹਾਡੇ ਕੰਮ ਦੇ ਰਿਜ਼ਲਟਸ ਆਉਣੇ ਸ਼ੁਰੂ ਹੁੰਦੇ ਆ ਤਾਂ ਤੁਹਾਡੇ ਵਿੱਚ ਹੋਰ ਵੀ ਜ਼ਿਆਦਾ ਪੋਜ਼ੀਟਿਵਿਟੀ ਆਉਂਦੀ ਹੈ ਔਰ ਤੁਸੀਂ ਹੋਰ ਵੀ ਕੰਮ ਜਿਹੜਾ ਆਪਣਾ ਤਨਦੇਹੀ ਦੇ ਨਾਲ ਕਰਦੇ ਹੋ। ਕਿਚਨ ਗਾਰਡਨ ਅਸੀਂ ਆਪਣੇ ਸਕੂਲ ਦੇ ਵਿੱਚ ਬਣਾਇਆ ਹੈਗਾ ਬੱਚਿਆਂ ਨੂੰ ਆਰਗੈਨਿਕ ਸਬਜ਼ੀਆਂ ਦੇਣ ਦੇ ਲਈ, ਜਿਸ ਦੇ ਵਿੱਚ ਅਸੀਂ ਹਰੀਆਂ ਸਬਜ਼ੀਆਂ ਲਗਾਈਆਂ ਹੈਗੀਆਂ ਬਿਲਕੁਲ ਆਰਗੈਨਿਕ ਬਿਨਾਂ ਖਾਦ ਦੇ ਜਿਹੜੀਆਂ ਸਬਜ਼ੀਆਂ ਨੇ ਉਸ ਲਗਾਈਆਂ ਔਰ ਉਸਦੀ ਅਸੀਂ ਦੇਖ ਰੇਖ ਜਿਹੜੀ ਆ ਆਪ ਕਰਦੇ ਹਾਂ ਸਕੂਲ ਸਮੇਂ ਤੋਂ ਬਾਅਦ ਜਾ ਕੇ ਕਰਦੇ ਹਾਂ। ਵਿਚਕਾਰ ਜਿਸ ਤਰ੍ਹਾਂ ਸਾਡੇ ਸਕੂਲ ਥੋੜ੍ਹਾ ਜਿਹਾ ਨਾ ਚੱਲ ਰਿਹਾ ਸੀ, ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀਗਾ, ਮਿਸਤਰੀ ਵਗੈਰਾ ਲੱਗੇ ਸੀਗੇ, ਔਨ ਦੈਟ ਟਾਈਮ ਥੋੜ੍ਹਾ ਜਿਹਾ ਨੁਕਸਾਨ ਹੋਇਆ ਕਿਉਂਕਿ ਸੀਮੇਂਟ ਇੱਟਾਂ ਸਭ ਕੁਛ ਉਹ ਸਕੂਲ ਦੇ ਵਿੱਚ ਸੀਗਾ ਐਂਡ ਹੁਣ ਅਸੀਂ ਫਿਰ ਉਸ ਕਿਚਨ ਗਾਰਡਨ ਨੂੰ ਰੈਨੋਵੇਟ ਕੀਤਾ ਹੈਗਾ ਜਿਸ ਦੇ ਵਿੱਚ ਅਸੀਂ ਹਰੀਆਂ ਸਬਜ਼ੀਆਂ ਲਗਾਈਆਂ ਔਰ ਕਿਉਂਕਿ ਅਗਰ ਤੁਸੀਂ ਤੁਹਾਡਾ ਖਾਣਾ ਸਹੀ ਹੈ ਤਾਂ ਮੇਰੇ ਖਿਆਲ ਦੇ ਵਿੱਚ ਤੁਹਾਡੀ ਸਿਹਤ ਸਹੀ ਹੈ ਤਾਂ ਫਿਰ ਤੁਸੀਂ ਸਾਰੇ ਕੰਮ ਕਰ ਸਕਦੇ ਹੋ। ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਬਥਵਾਲਾ, ਮੈਨੂੰ ਸਾਲ ਕੁ ਹੋਇਆ ਇਸ ਸਕੂਲ ਨੂੰ ਜੁਆਇਨ ਕੀਤੇ ਔਰ ਇਸ ਤੋਂ ਪਹਿਲਾਂ ਮੇਰਾ ਥੋੜ੍ਹੀ ਦੇਰ ਮੈਂ ਫੀਲਡ ਵਰਕ ਕੀਤਾ, ਮੈਂ ਪ੍ਰਵੇਸ਼ ਦੇ ਵਿੱਚ ਪ੍ਰਵੇਸ਼ ਪ੍ਰੋਜੈਕਟ ਸਾਡਾ ਚੱਲਦਾ ਸੀਗਾ ਉਸ ਪ੍ਰੋਜੈਕਟ ਦੇ ਵਿੱਚ ਇਹ ਸਕੂਲ ਮੇਰੇ ਕੋਲ ਸੀਗਾ ਔਰ ਜਦੋਂ ਮੈਂ ਸਕੂਲ ਵਿਜ਼ਿਟ ਕਰਦੀ ਸੀ ਇਸ ਸਕੂਲ ਦੇ ਬੱਚਿਆਂ ਨੂੰ ਮਿਲਦੀ ਸੀ ਜਾਂ ਮੈਂ ਦੇਖਦੀ ਸੀ ਤਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਇਸ ਸਕੂਲ ਦੇ ਵਿੱਚ ਬਹੁਤ ਕੁਛ ਐਸਾ ਹੈ ਜੋ ਹੋ ਸਕਦਾ ਔਰ ਫਿਰ ਮੈਂ ਚਾਹ ਕੇ ਇਸ ਸਕੂਲ ਦੇ ਵਿੱਚ ਟ੍ਰਾਂਸਫਰ ਕਰਵਾਈ ਕਿਉਂਕਿ ਇਸ ਸਕੂਲ ਦੇ ਵਿੱਚ ਬੱਚਿਆਂ ਦੀ ਜਿਹੜੀ ਗਿਣਤੀ ਸੀ ਉਹ ਜ਼ਿਆਦਾ ਸੀ। ਮੈਨੂੰ ਲੱਗਦਾ ਸੀ ਕਿ ਇਸ ਸਕੂਲ ਦੇ ਵਿੱਚ ਅਗਰ ਅਸੀਂ ਕੰਮ ਕਰਦੇ ਹਾਂ ਤਾਂ ਸਾਨੂੰ ਰਿਜ਼ਲਟਸ ਵਧੀਆ ਮਿਲਣਗੇ ਔਰ ਫਿਰ ਕਮਿਊਨਿਟੀ ਦੇ ਸਹਿਯੋਗ ਦੇ ਨਾਲ NRIs ਦੇ ਸਹਿਯੋਗ ਦੇ ਨਾਲ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਬਥਵਾਲਾ ਦੇ ਵਿੱਚ ਸਰਦਾਰ ਹਰਦਿਆਲ ਸਿੰਘ NRI ਨੇ, ਉਹਨਾਂ ਨੇ ਬਹੁਤ ਯੋਗਦਾਨ ਦਿੱਤਾ ਹੈ ਸਾਨੂੰ, ਉਹਨਾਂ ਨੇ ਸਾਡੇ ਸਕੂਲ ਨੂੰ ਮਤਲਬ ਜਿਹੜੀ ਵੀ ਅਸੀਂ ਉਹਨਾਂ ਨੂੰ ਆਪਣੀ ਦੱਸੀ ਹੈਗੀ ਹੈ ਰਿਕੁਆਇਰਮੈਂਟ ਉਹਨਾਂ ਨੇ ਪੂਰੀ ਕੀਤੀ ਹੈ, ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਅਸੀਂ ਉਹਨਾਂ ਨੂੰ ਮੋਟੀਵੇਟ ਵੀ ਕੀਤਾ ਔਰ ਜੇਕਰ ਮੈਂ ਆਪਣੇ ਇਸ ਸਕੂਲ ਦੀ ਗੱਲ ਕਰਾਂ ਤਾਂ ਸਾਡੇ ਇਸ ਸਕੂਲ ਦੇ ਵਿੱਚ ਜਿਹੜੀ ਸਾਡੀ ਬਾਉਂਡਰੀ ਵਾਲ ਸੀ ਬਹੁਤ ਛੋਟੀ ਸੀਗੀ, ਬੱਚੇ ਕੰਧਾਂ 'ਤੇ ਚੜ ਜਾਂਦੇ ਹੁੰਦੇ ਸੀ, ਸੇਫਟੀ ਪੁਆਇੰਟ ਆਫ ਨਾਲ ਨਹੀਂ ਸਹੀ ਸੀ। ਸਭ ਤੋਂ ਪਹਿਲਾਂ ਅਸੀਂ ਉਹ ਜਿਹੜੀ ਬਾਉਂਡਰੀ ਵਾਲ ਸੀਗੀ ਉਹ ਅਸੀਂ ਪੂਰੀ ਕਵਰ ਕਰਵਾਈ, ਫਿਰ ਅਸੀਂ ਜਿਹੜੀਆਂ ਸਾਡੀਆਂ ਛੱਤਾਂ ਸੀਗੀਆਂ ਉਹ ਲੀਕ ਕਰਦੀਆਂ ਸੀਗੀਆਂ ਅਤੇ ਅਸੀਂ ਜਦੋਂ ਵੀ ਕਲਾਸ ਦੇ ਵਿੱਚ ਕੋਈ ਟੀਚਿੰਗ ਏਡਸ ਲਗਾਉਣੀਆਂ ਚਾਰਟਸ ਵਗੈਰਾ ਲਗਾਉਣੇ ਤਾਂ ਸਾਨੂੰ ਲੱਗਦਾ ਸੀ ਖਰਾਬ ਹੋ ਜਾਂਦੇ ਆ, ਕੰਧਾਂ ਬਿਲਕੁਲ ਲੀਕਿੰਗ ਦੀ ਪ੍ਰੋਬਲਮ ਸੀਗੀ, ਫਿਰ ਅਸੀਂ ਸਾਰੀ ਉੱਥੇ ਟਾਇਲ ਜਿਹੜੀ ਸੀਗੀ ਉਹ ਲਗਵਾਈ, ਟਾਇਲ ਲਗਾਉਣ ਤੋਂ ਬਾਅਦ ਲੀਕਿੰਗ ਦੀ ਪ੍ਰੋਬਲਮ ਸਾਡੀ ਦੂਰ ਹੋ ਗਈ, ਫਿਰ ਅਸੀਂ ਆਪਣੀਆਂ ਵਾਲਸ ਨੂੰ ਪੇਂਟਿੰਗ ਕਰਵਾਈ, ਸਮੂਹ ਸਟਾਫ ਦੇ ਸਹਿਯੋਗ ਦੇ ਨਾਲ ਸਟਾਫ ਨੂੰ ਮੋਟੀਵੇਟ ਕੀਤਾ ਗਿਆ ਔਰ ਪਿੰਡ ਵਾਲਿਆਂ ਦਾ ਸਹਿਯੋਗ ਲਿਆ ਗਿਆ ਔਰ ਸਪੈਸ਼ਲੀ ਮੈਂ ਇਸ ਪ੍ਰੋਗਰਾਮ ਦੇ ਥਰੂ ਸਰਦਾਰ ਹਰਦਿਆਲ ਸਿੰਘ ਜੌਲ ਜੋ ਕਿ NRI ਨੇ, ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਔਰ ਹੁਣ ਤੱਕ ਉਹ ਆਪਣੀ ਪਾਕਿਟ ਦੇ ਵਿੱਚੋਂ 5.5 ਲੱਖ ਰੁਪਇਆ ਜਿਹੜਾ ਉਹ ਲਗਾ ਚੁੱਕੇ ਨੇ ਔਰ ਜਿੱਥੇ ਕਿਤੇ ਸਾਨੂੰ ਲੱਗਦਾ ਹੈ ਕਿ ਮਤਲਬ ਕਮੀ ਮਹਿਸੂਸ ਹੁੰਦੀ ਹੈ ਜਾਂ ਕਈ ਵਾਰੀ ਲੱਗਦਾ ਅਸੀਂ ਆਪਣੀ ਪਾਕਿਟ ਦੇ ਵਿੱਚੋਂ ਵੀ ਪੈਸੇ ਖਰਚ ਕਰਕੇ ਔਰ ਆਪਣੇ ਬਹੁਤ ਵਧੀਆ ਕਲਾਸਰੂਮ ਬਣਾਏ ਨੇ, ਪੇਂਟਿੰਗਸ ਕਰਵਾਈਆਂ ਉੱਥੇ ਔਰ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਸਫ਼ਰ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਸੀਗੀ ਔਰ ਹੁਣ ਸਾਡਾ ਜਿਹੜਾ ਸਕੂਲ ਹੈਗਾ ਸਮਾਰਟ ਬਣ ਗਿਆ, ਉਸ ਦੇ ਵਿੱਚ LED ਵੀ ਲੱਗੀ ਹੈ, ਸਾਨੂੰ ਐਜੂਕੇਸ਼ਨ ਡਿਪਾਰਟਮੈਂਟ ਦੀ ਤਰਫੋਂ ਜਿਹੜੇ ਰੰਗ ਬਿਰੰਗੇ ਡੈਸਕ ਨੇ ਉਹ ਵੀ ਆ ਗਏ ਨੇ ਔਰ ਸਾਡੇ ਐਜੂਕੇਸ਼ਨ ਸੈਕਟਰੀ ਸ਼੍ਰੀ ਕ੍ਰਿਸ਼ਨ ਕੁਮਾਰ ਜੀ, ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈਗਾ, ਉਹਨਾਂ ਦੀ ਬਹੁਤ ਜ਼ਿਆਦਾ ਮੋਟੀਵੇਸ਼ਨ ਹੈਗੀ ਹੈ ਸਾਨੂੰ ਔਰ ਉਹਨਾਂ ਦੀਆਂ ਗਾਈਡਲਾਈਨਸ 'ਤੇ ਅਸੀਂ ਮਤਲਬ ਸਾਰਾ ਜਿਹੜਾ ਆਪਣਾ ਕੰਮਕਾਜ ਹੈ ਉਹ ਸਕੂਲ ਦੇ ਵਿੱਚ ਕਰ ਰਹੇ ਹਾਂ ਜੀ। ਇਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈਗੀ ਹੈ ਕਿ ਪ੍ਰਾਈਵੇਟ ਔਰ ਸਰਕਾਰੀ ਸਕੂਲ ਦੇ ਬੱਚਿਆਂ
ਗੁਣਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਦੇਖਣ ਨੂੰ ਮਿਲਦਾ। ਪਰ ਜੇਕਰ ਤੁਹਾਡੇ ਵਿੱਚ ਮਿਹਨਤ ਔਰ ਲਗਨ ਦੇ ਨਾਲ ਕੰਮ ਕਰਨ ਦਾ ਜਜ਼ਬਾ ਹੈਗਾ ਤਾਂ ਤੁਸੀਂ ਕੁਛ ਵੀ ਕਰ ਸਕਦੇ ਹੋ। ਮੈਂ ਹੁਣ ਤੱਕ ਆਪਣੇ ਜਿਹੜੀਆਂ ਕਲਾਸਿਸ ਦੇ ਰਿਜ਼ਲਟ ਨੇ 100% ਦਿੱਤੇ ਨੇ, ਚਾਹੇ ਮਾਪੇ ਅਧਿਆਪਕ ਮਿਲਣੀ ਦੀ ਗੱਲ ਹੋਵੇ। ਕਿਉਂਕਿ ਜਦੋਂ ਸਾਡੇ ਕੋਲ ਪੇਰੈਂਟਸ ਆਉਂਦੇ ਨੇ, ਮੇਰੇ ਖਿਆਲ ਦੇ ਵਿੱਚ ਮੇਰਾ ਇਹ ਤਜ਼ਰਬਾ ਹੈਗਾ ਕਿ ਜਦੋਂ ਵੀ ਪੇਰੈਂਟਸ ਸਾਡੇ ਕੋਲ ਆਉਂਦੇ, ਔਰ ਅੱਜ ਦੀ ਡੇਟ 'ਚ ਵੀ ਮੇਰੇ ਸਕੂਲ ਦੇ ਪੇਰੈਂਟਸ ਜਿਹੜੇ ਨੇ ਇਹ ਗੱਲ ਮੰਨਦੇ ਹੋਣਗੇ, ਕਹਿੰਦੇ ਹੋਣਗੇ ਕਿ ਜਦੋਂ ਮੇਰੇ ਕੋਲ ਆਉਂਦੇ ਨੇ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹਿੰਦੀ ਹਾਂ ਕਿ ਤੁਸੀਂ ਆਪਣਾ ਬੱਚਾ ਇਸ ਸਕੂਲ ਵਿੱਚ ਇਹ ਸਮਝ ਕੇ ਨਾ ਪੜ੍ਹਾਓ ਕਿ ਸਾਡਾ ਬੱਚਾ ਸਰਕਾਰੀ ਸਕੂਲ 'ਚ ਪੜ੍ਹ ਰਿਹਾ, ਤੁਹਾਡਾ ਬੱਚਾ ਪ੍ਰਾਈਵੇਟ ਸਕੂਲ 'ਚ ਹੀ ਪੜ੍ਹ ਰਿਹਾ, ਤੁਹਾਨੂੰ ਜਿਹੜਾ ਸਟੈਂਡਰਡ ਹੈਗਾ, ਜਿਹੜੀ ਤੁਹਾਨੂੰ ਐਜੂਕੇਸ਼ਨ ਹੈ, ਉਹ ਪ੍ਰਾਈਵੇਟ ਸਕੂਲ ਤੋਂ ਵੀ ਬਿਹਤਰ ਮਿਲੇਗੀ। ਔਰ ਜਦੋਂ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਆਪਣਾ 100% ਦਿੰਦੇ ਹੋ ਤਾਂ ਉਸ ਦੇ ਰਿਜ਼ਲਟਸ ਜਿਹੜੇ ਨੇ ਉਹ ਪੋਜ਼ਿਟਿਵ ਜ਼ਰੂਰ ਆਉਂਦੇ ਨੇ। ਫਿਰ ਅਸੀਂ ਸਕੂਲ ਟਾਈਮ ਤੋਂ ਬਾਅਦ ਐਕਸਟਰਾ ਕਲਾਸਿਸ ਲਗਾਉਣੀਆਂ ਸ਼ੁਰੂ ਕੀਤੀਆਂ। ਮੈਂ ਆਪਣੇ ਸਕੂਲ ਦੇ ਵਿੱਚ ਸਮਰ ਕੈਂਪ ਲਗਾਇਆ ਜਿਹਦੇ ਵਿੱਚ ਮੈਂ ਪ੍ਰਾਈਵੇਟ ਸਕੂਲਾਂ ਦੀ ਵੀ ਸ਼ਮੂਲੀਅਤ ਕਰਵਾਈ। ਓਪਨ, ਇਟਸ ਓਪਨ ਫੋਰ ਆਲ ਕਿ ਤੁਸੀਂ ਪ੍ਰਾਈਵੇਟ ਸਕੂਲ ਦੇ ਬੱਚੇ ਵੀ ਜਿਹੜੇ ਨੇ ਉਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਨੇ। ਔਰ ਉਸ ਦੇ ਨਾਲ ਕੀ ਹੋਇਆ ਕਿ ਪ੍ਰਾਈਵੇਟ ਸਕੂਲ ਦੇ ਬੱਚਿਆਂ ਦਾ ਇੰਟਰਸਟ ਮੇਰੇ ਸਕੂਲ ਵਿੱਚ ਹੋਇਆ, ਔਰ ਪ੍ਰਾਈਵੇਟ ਸਕੂਲ ਤੋਂ ਹਟ ਕੇ ਬੱਚੇ ਜਿਹੜੇ ਨੇ ਉਹਨਾਂ ਨੇ ਸਾਡੇ ਸਕੂਲ ਦੇ ਵਿੱਚ ਐਡਮਿਸ਼ਨ ਲਈ। ਹੁਣ ਜਿਹੜਾ ਅਵਾਰਡ ਮੈਨੂੰ ਮਿਲਿਆ ਹੈਗਾ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਵਾਰਡ ਮਿਲ ਚੁੱਕੇ ਨੇ ਮੈਨੂੰ, ਚਾਹੇ ਉਹ ਜ਼ਿਲ੍ਹਾ ਪੱਧਰੀ 15 ਅਗਸਤ ਦਾ ਜਾਂ 26 ਜਨਵਰੀ ਦੀ ਗੱਲ ਹੋਵੇ, ਗਣਤੰਤਰ ਦਿਵਸ ਔਰ ਸੁਤੰਤਰ ਦਿਵਸ ਦੇ ਉੱਤੇ। ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਅਵਾਰਡ, ਔਰ ਜਿਹੜਾ ਹੁਣ ਅਵਾਰਡ ਮਿਲਿਆ, ਅਸੀਂ ਔਨਲਾਈਨ ਐਪਲੀਕੇਸ਼ਨਸ ਮੰਗੀਆਂ ਸੀਗੀਆਂ, ਔਰ ਉਸ ਦੇ ਵਿੱਚ ਤੁਹਾਡੇ ਕ੍ਰੀਏਟਿਵ ਆਈਡੀਆਜ਼ ਮੰਗੇ ਗਏ ਸੀਗੇ ਕਿ ਤੁਸੀਂ ਐਜੂਕੇਸ਼ਨ ਨੂੰ ਕਿਸ ਤਰ੍ਹਾਂ ਕ੍ਰੀਏਟਿਵ ਆਈਡੀਆਜ਼ ਦੇ ਨਾਲ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ। ਸੋ ਉਸ ਦੇ ਵਿੱਚ ਮੈਂ ਕੁਛ ਆਪਣੇ ਕ੍ਰੀਏਟਿਵ ਆਈਡੀਆਜ਼ ਦਿੱਤੇ ਸੀਗੇ, ਜਿਸ ਕਰਕੇ ਮੇਰੀ ਸਿਲੈਕਸ਼ਨ ਹੋਈ ਹੈ, ਐਂਡ ਹੁਣ ਮੈਨੂੰ ਇਹ ਅਵਾਰਡ ਮਿਲਿਆ ਹੈਗਾ। ਔਰ ਮੇਰੇ ਖਿਆਲ ਦੇ ਵਿੱਚ ਜੇਕਰ ਮੈਂ ਅਵਾਰਡਸ ਦੀ ਗੱਲ ਕਰਾਂ ਤਾਂ ਤੁਹਾਡਾ ਅਸਲ ਅਵਾਰਡ ਉਹ ਹੈ ਜਦੋਂ ਤੁਹਾਡੇ ਕੰਮ ਤੋਂ ਬੱਚਿਆਂ ਦੇ ਪੇਰੈਂਟਸ ਖੁਸ਼ ਹੁੰਦੇ ਨੇ, ਤੁਹਾਡੇ ਬੱਚੇ ਮਿਹਨਤ ਕਰਕੇ ਵਧੀਆ ਰਿਜ਼ਲਟ ਲੈ ਕੇ ਆਉਂਦੇ ਨੇ, ਤੁਹਾਡੇ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ, ਇਹ ਬਹੁਤ ਵੱਡਾ ਅਵਾਰਡ ਹੁੰਦਾ। ਮੈਨੂੰ ਇਨੋਵੇਟਿਵ ਟੀਚਰ ਆਫ ਦਾ ਈਅਰ 2019 ਦਾ ਅਵਾਰਡ ਦਿੱਤਾ ਗਿਆ, ਔਰ ਇਸ ਦੇ ਲਈ ਔਨਲਾਈਨ ਐਪਲੀਕੇਸ਼ਨਸ ਜਿਹੜੀਆਂ ਸੀਗੀਆਂ ਉਹ ਮੰਗੀਆਂ ਗਈਆਂ ਸੀਗੀਆਂ, ਔਰ ਉਸ ਦੇ ਵਿੱਚ ਮੈਂ ਕੁਝ ਆਪਣੇ ਇਨੋਵੇਟਿਵ ਆਈਡੀਆਜ਼ ਜਿਸ ਦੇ ਨਾਲ ਬੱਚਿਆਂ ਦਾ ਆਲਰਾਊਂਡ ਡਿਵੈਲਪਮੈਂਟ ਹੋ ਸਕੇ ਉਹ ਦਿੱਤੇ ਸੀਗੇ, ਔਰ ਸਕੂਲ ਨੂੰ ਸਮਾਰਟ ਕਿਵੇਂ ਬਣਾਇਆ ਜਾ ਸਕਦਾ ਇਸ ਦੇ ਬਾਰੇ ਕੁਛ ਸੁਜੈਸ਼ਨਸ ਦਿੱਤੀਆਂ ਸੀਗੀਆਂ, ਕੁਛ ਮੇਰੀਆਂ ਮੋਟੀਵੇਸ਼ਨਲ ਸਪੀਚ ਸੀਗੀਆਂ, ਉਸ ਦੇ ਲਿੰਕਸ ਜਿਹੜੇ ਸੀਗੇ ਉਹ ਮੈਂ ਵਿੱਚ ਸੈਂਡ ਕੀਤੇ ਸੀਗੇ ਜਦੋਂ ਅਵਾਰਡ ਦੇ ਲਈ ਐਪਲੀਕੇਸ਼ਨ ਮੰਗੀ ਗਈ ਸੀ। ਔਰ ਲੱਕੀਲੀ ਮੇਰੀ ਸਿਲੈਕਸ਼ਨ ਜਿਹੜੀ ਹੈਗੀ ਹੈ ਇਨੋਵੇਟਿਵ ਟੀਚਰ ਆਫ ਦਾ ਈਅਰ 2019 ਦੇ ਲਈ ਹੋ ਗਈ। ਅਵਾਰਡ ਲੈਂਦੇ ਮਾਣ ਮਹਿਸੂਸ ਦੀ ਜੇਕਰ ਮੈਂ ਗੱਲ ਕਰਾਂ ਤਾਂ ਦੇਖੋ, ਜਦੋਂ ਤੁਹਾਡਾ ਕੰਮ ਸਰਾਹਿਆ ਜਾਂਦਾ, ਅਸੀਂ ਬੱਚਿਆਂ ਦੇ ਲੈਵਲ 'ਤੇ ਵੀ ਰਿਵਾਰਡ ਔਰ ਪਨਿਸ਼ਮੈਂਟ ਦੀ ਗੱਲ ਕਰਦੇ ਹਾਂ, ਅਤੇ ਜਦੋਂ ਅਸੀਂ ਰਿਵਾਰਡ ਦਿੰਦੇ ਹਾਂ ਕਿਸੇ ਨੂੰ ਕਿਸੇ ਦੇ ਕੰਮ ਦਾ, ਤਾਂ ਸਾਨੂੰ ਹੋਰ ਮੋਟੀਵੇਸ਼ਨ ਮਿਲਦੀ ਆ, ਹੋਰ ਕੰਮ ਵਧੀਆ ਕਰਨ ਦਾ ਜਜ਼ਬਾ ਸਾਡੇ ਵਿੱਚ ਪੈਦਾ ਹੁੰਦਾ। ਔਰ ਮੈਂ ਇਹ ਸਮਝਦੀ ਹਾਂ ਕਿ ਤੁਹਾਡਾ ਅਸਲ ਅਵਾਰਡ ਉਹ ਹੈ ਜਦੋਂ ਤੁਸੀਂ ਤਨਦੇਹੀ ਦੇ ਨਾਲ ਆਪਣੀ ਬਿਲਕੁਲ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਦੇ ਹੋ, ਔਰ ਤੁਹਾਡੇ ਕੰਮ ਨੂੰ ਸਰਾਹਿਆ ਜਾਂਦਾ, ਪੇਰੈਂਟਸ ਖੁਸ਼ ਹੁੰਦੇ ਨੇ, ਉਹ ਜਿਹੜੀ ਖੁਸ਼ੀ ਤੁਸੀਂ ਦੇਖਦੇ ਹੋ ਪੇਰੈਂਟਸ ਦੇ ਚਿਹਰਿਆਂ 'ਤੇ, ਇਸ ਤੋਂ ਵੱਡਾ ਕੋਈ ਅਵਾਰਡ ਨਹੀਂ ਹੈ। ਬੁਲਾ ਨਿਊਜ਼ ਲਈ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਰਿਪੋਰਟ।